मनते कब हूँ न डरो, शुभ कर मनते कब हूँ न डरो, न डरो अरसो जब जाए डरो, जाए डरो निश्चय करे अपनी जीत करो, जीत करो Jesus, high.
से प्यारा देश हमारा है, हिंदुस्तानी नाम हमारा है, सबसे प्यारा देश हमारा है, जन्मभूमि है हमारी, शान से करेंगे हम सभी तो भाई भाई प्यार से रहेंगे हम, हिंदुस्तानी नाम हमारा सबसे प्यारा देश हमारा है।
शह दीन जवानों का अपन दिलों का मस्तानों का इस देश के यारों इस देश के यारों क्या कहना ये देश है दुनिया का गहना ਪੰਜਾਬ
ਓਏ ਮਜ਼ਾਕ ਦੀ ਗੱਲ ਨਹੀਂ ਸਾਡੀ ਸਰਕਾਰ ਸੈਂਸਰ ਬੋਰਡ ਇਹੋ ਜਿਹੇ ਗਾਣਿਆਂ ਤੇ ਕਿਉਂ ਨਹੀਂ ਰੋਕ ਲਾਉਂਦੀ ਪਈ ਆਹੋ ਸਾਡੀ ਸਰਕਾਰਾਂ ਨੂੰ SYL ਤੇ ਰਿਹਾਈ ਗਾਣਾ ਦਾ ਦਿੰਦਾ ਆ ਜਿਨ੍ਹਾਂ ਵਿੱਚ ਇਹਨਾਂ ਦੇ ਖਿਲਾਫ ਗੱਲ ਕੀਤੀ ਹੋਵੇ ਪਰ ਉਹ ਗਾਣੇ ਜਿਨ੍ਹਾਂ ਵਿੱਚ ਨਸ਼ੇ ਤੇ ਹਥਿਆਰਾਂ ਨੂੰ ਸਰੇਆਮ ਪ੍ਰਮੋਟ ਕੀਤਾ ਜਾ ਰਿਹਾ ਉੱਤੇ ਤਾਂ ਕੋਈ ਕਾਰਵਾਈ ਨਹੀਂ ਕਰਦੀ ਇਹ ਸਿਰਫ ਉਹਨਾਂ ਗਾਣਿਆਂ ਤੇ ਕਾਰਵਾਈ ਕਰਦੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਖਿਲਾਫ ਗੱਲ ਕੀਤੀ ਹੋਵੇ ਸਾਡੇ ਆਮ ਆਦਮੀ ਨਾਲ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਹੈਗੀ ਹੁਣ ਸਰਕਾਰ ਦੀ ਗੱਲ ਕਿੱਥੋਂ ਆ ਗਈ ਜਿੱਥੋਂ ਗਰੀਬੀ ਤੇ ਬੇਰੋਜ਼ਗਾਰੀ ਆਈ ਆ ਮੈਂ ਨਾਲੇ ਆ ਹਿਸਾਬ ਖਰਾਬ ਤੁਸੀਂ ਵੀ ਇੱਥੇ ਰਹਿ ਕੇ ਧੱਕੇ ਹੀ ਖਾਣੇ ਆ ਮੈਂ ਅਖਬਾਰ ਵਿੱਚ ਪੜ੍ਹਿਆ ਸੀ ਬੱਚਿਆਂ ਨੂੰ ਆਪਣੇ ਮਨਪਸੰਦ ਦੀ ਨੌਕਰੀ ਨਾ ਮਿਲਣ ਕਰਕੇ ਉਹ ਆਪਣੇ ਸੁਪਨਿਆਂ ਤੋਂ ਹਾਰ ਜਾਂਦੇ ਨੇ ਤੇ ਬਾਅਦ ਤੋਂ ਮੌਤ ਨੂੰ ਹੀ ਸਭ ਕੁਝ ਮੰਨ ਲੈਂਦੇ ਹਨ ਆਹੋ ਸਾਡੇ ਪਿੰਡ ਤਾਂ ਆਪ ਇੱਕ ਮੁੰਡਾ ਸੀਗਾ ਵਿਚਾਰਾ ਜਦੋਂ ਦੇਖੋ ਪੜ੍ਹਦਾ ਹੀ ਰਹਿੰਦਾ ਸੀਗਾ ਪਰ ਅਖੀਰ ਹੋਇਆ ਕਿ ਉਹਨੂੰ ਨੌਕਰੀ ਮਿਲੀ ਨਹੀਂ ਤੇ ਉਹਨੇ ਆਪੇ ਫਾਹਾ ਲੈ ਲਿਆ ਹਾਂ ਤੁਹਾਡੀ ਗੱਲ ਠੀਕ ਆ ਪੰਜਾਬ ਵਿੱਚ ਅਨਇੰਪਲੋਇਮੈਂਟ ਹੈਗੀ ਆ ਪਰ ਇਹਦਾ ਕਾਰਨ ਵੀ ਤਾਂ ਅਸੀਂ ਹੀ ਆ ਅਸੀਂ ਆਪਣੀ ਹਾਇਰ ਸਟੱਡੀ ਲਈ ਤਾਂ ਆਪਣੇ ਦੋਸਤਾਂ ਪਿੱਛੇ ਲੱਗ ਜਾਂਦੇ ਆ ਹਾਂ ਦੋਸਤਾਂ ਮਗਰ ਨਾ ਲੱਗੋ ਉਹ ਚੀਜ਼ ਕਰੋ ਜਿਹਦਾ ਸਕੋਪ ਹੋਵੇ ਓ ਮਾਈ ਗੋਡ ਆ ਕੀ ਆ ਰਿਹਾ ਖਬਰਾਂ 'ਚ ਕਿਉਂ ਕੀ ਹੋਇਆ ਆ ਬਈ ਦੇਖ ਲੈ ਪਿੰਡ ਨੂੰ ਵਾਪਸੀ ਦਾ ਰਸਤਾ ਦਿਖਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਾਲ 950 ਸਟੂਡੈਂਟ ਨੂੰ ਵਾਪਸ ਕਰ ਦਿੱਤਾ ਤੇ ਬਾਕੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਦੇ ਵਿੱਚ ਆ ਕਿਹੜੇ ਉਹ ਸਟੂਡੈਂਟ ਨੇ ਕੀ ਉਹਨਾਂ ਨੇ ਗਲਤੀ ਕੀਤੀ ਆ ਅਮਰੀਕਾ ਨਾਲੋਂ ਜ਼ਿਆਦਾ ਪੈਸੇ ਅਸੀਂ ਇੱਥੇ ਭਾਰਤ ਵਿੱਚ ਰਹਿ ਕੇ ਕਮਾ ਸਕਦੇ ਹਾਂ ਆਹੋ ਅਸੀਂ ਇੱਥੇ ਰਹਿ ਕੇ ਵੀ ਪੈਸੇ ਕਮਾ ਸਕਦੇ ਹਾਂ ਅਸੀਂ ਇੱਥੇ ਖੇਤੀਬਾੜੀ ਸੰਬੰਧੀ ਜਿਵੇਂ ਕਿ ਮਸ਼ਰੂਮ ਫਾਰਮਿੰਗ ਬੇਮੌਸਮ ਸਬਜ਼ੀਆਂ ਨੂੰ ਉਗਾ ਕੇ ਵੇਚ ਸਕਦੇ ਜਮਾ ਕੇ ਵੇਚ ਸਕਦੇ ਹਾਂ ਇਹ ਸਾਡੇ ਕੋਲੋਂ ₹7 ਰੁਪਏ ਕਿਲੋ ਮੱਕੀ ਖਰੀਦੀ ਜਾਂਦੀ ਹੈ ਤੇ ₹150 ਰੁਪਏ ਕਿਲੋ ਵੇਚੀ ਜਾਂਦੀ ਹੈ ਅਸੀਂ ਆਪ ਵੇਚਾਂਗੇ ਮੱਕੀ ਸਪੋਰਟਸ ਲਾਈਨ ਵੀ ਤਾਂ ਹੈ ਇੰਨੀਆਂ ਫੈਸਿਲਿਟੀਜ਼ ਉਹਦੇ ਵਿੱਚ ਯਾਰ ਪਰ ਇੱਕ ਗੱਲ ਤਾਂ ਹੈਗੀ ਆ ਸਾਰੇ 20-22 ਲੱਖ ਰੁਪਏ ਲਾ ਕੇ ਬਾਹਰ ਵੀ ਚਲ ਗਏ ਧੱਕੇ ਖਾਂਦੇ ਰੋਜ਼ ਸ਼ਿਫਟਾਂ ਵਿੱਚ ਇੰਨੀਆਂ ਪੜ੍ਹਾਈਆਂ ਕਰਕੇ ਆ ਨੌਕਰੀਆਂ ਵਿੱਚ ਘੱਟ ਤਨਖਾਹਾਂ ਦੇ ਧੱਕੇ ਖਾਂਦੇ ਇੱਕ ਕੰਮ ਆ ਸਾਰਿਆਂ ਨਾਲ ਵਧੀਆ ਰਾਮ ਨਾਲ ਨਾ ਸੰਤ ਬਣੋ ਤੁਹਾਡੇ ਹੱਥ ਵਿੱਚ ਆ ਕਿ ਤੁਸੀਂ ਇਸ ਤਰ੍ਹਾਂ ਲੋਭੀ ਤੇ ਲਾਲਚੀ ਬਾਬੇ ਕੋਲ ਰਹਿਣਾ ਆ
ਤੁਸੀਂ ਪੰਜਾਬ ਦਾ ਕੁਛ ਭਵਿੱਖ, ਤੁਸੀਂ ਆਪ ਹੀ ਯੁਵਾ ਪੀੜ੍ਹੀ ਹੋ, ਤੁਸੀਂ ਪੰਜਾਬ ਨੂੰ ਛੱਡ ਕੇ ਨਾ ਜਾਓ। ਅਸੀਂ ਇੱਥੇ ਰਹਿ ਕੇ ਬਹੁਤ ਸਾਰੇ ਕੰਮ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਅਮਰੀਕਾ ਕਨੇਡਾ ਨਾਲੋਂ ਵੱਧ ਕੇ ਪੈਸੇ ਕਮਾ ਸਕਦੇ ਹਾਂ। ਸਾਨੂੰ ਸਾਡੀ ਸਕਿੱਲ ਡਿਵੈਲਪਮੈਂਟ ਅਤੇ ਪ੍ਰੈਕਟੀਕਲ ਨੌਲੇਜ ਵੱਲ ਜ਼ੋਰ ਦੇਣਾ ਚਾਹੀਦਾ ਹੈ। ਵਧੀਆ ਗ੍ਰੈਜੂਏਸ਼ਨ ਕਰਨੀ ਚਾਹੀਦੀ ਹੈ ਜਿਹਦਾ ਫਿਊਚਰ 'ਚ ਸਕੋਪ ਹੋਵੇ। ਸਾਡਾ ਅਖੀਰ ਵਿੱਚ ਇਹੀ ਸੁਨੇਹਾ ਆ, ਜੇ ਸਾਡੀ ਪੰਜਾਬ ਵਿੱਚ ਸਰਕਾਰ ਵਧੀਆ ਹੋਵੇ, ਸਰਕਾਰ ਹਰ ਕੰਮ ਸਿਸਟਮ ਅਨੁਸਾਰ ਚੱਲੇ ਕਰੇ, ਤਾਂ ਕਿਉਂ ਸਾਡੀ ਪੰਜਾਬ ਦੀ ਯੁਵਾ ਪੀੜ੍ਹੀ ਆਪਣਾ ਦੇਸ਼ ਘਰ ਪਰਿਵਾਰ ਛੱਡ ਕੇ ਬਾਹਰ ਜਾਵੇ, ਕਿਉਂ ਜਾਵੇ? ਅਖੀਰ ਹੁਣ ਫੈਸਲਾ ਤੁਹਾਡੇ ਹੱਥ ਹੈ, ਤੁਸੀਂ ਇੱਥੇ ਰਹਿਣਾ, ਰਹਿ ਕੇ ਪੰਜਾਬ ਨੂੰ ਸੁਧਾਰਨਾ ਹੈ ਜਾਂ ਬਾਹਰ ਜਾਣਾ ਹੈ? ਪਰ ਜਿਸ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ ਉਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਸਨੂੰ ਸੋਨੇ ਦੀ ਚਿੜੀ, ਸੋਨੇ ਦੀ ਚਿੜੀ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਹੈ, ਰੰਗਲੇ ਪੰਜਾਬ ਨੂੰ ਦੁਬਾਰਾ ਰੰਗਲਾ ਬਣਾਉਣਾ ਜਾਂ ਉਸਨੂੰ ਬੇਰੰਗ ਕਰਨਾ? ਹੁਣ ਫੈਸਲਾ ਸਾਡੇ ਹੱਥ ਵਿੱਚ ਹੈ, ਆਓ ਰਲ ਮਿਲ ਕੇ ਦੁਬਾਰਾ ਇਸ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਈਏ, ਦੁਬਾਰਾ ਇਸ ਨੂੰ ਸੋਨੇ ਦੀ ਚਿੜੀ ਬਣਾਈਏ। ਧੰਨਵਾਦ। ਬੰਧਨ, ਧੁੱਪ ਲੱਗ ਰਹੀ ਹੈ ਬਟ ਸਟਿਲ ਇੰਜੋਏ ਕੀਆ ਸਭਨੇ? ਚਲੀਏ, ਕਭੀ ਕਭੀ ਧੁੱਪ ਵੀ ਇੰਜੋਏ ਕਰ ਲੈਣੀ ਚਾਹੀਏ। ਆਜ
इतना अच्छा अरेंजमेंट, बच्चों का टैलेंट, टीचर्स की मेहनत दिखी है। एक बार जोर से क्लैपिंग इन सब के लिए। थैंक्स टू ऑल द पार्टिसिपेंट्स एंड टीचर्स जिन्होंने आज इतने एफर्ट के बाद इतना अच्छा प्रोग्राम हुआ स्कूल में। वाकई लग रहा है कि हम इंडिपेंडेंस डे सेलिब्रेट कर रहे हैं। बच्चों ने मैसेज भी बहुत अच्छा दिया जो हमारे सामने इसके टाइम है। ये वाकई सोचने की बात है बेटा कि हम लोगों को ये रिस्पॉन्सिबिलिटी लेनी पड़ेगी कि इंडिया को आगे आने वाले टाइम में हमें क्या बनाना है। सारा काम सरकारें नहीं करती, जनता ने ही करना होता है। सरकारें तो सिर्फ पॉलिसीज बनाती हैं, उन पॉलिसीज को इम्प्लीमेंट करके आगे देश को बढ़ाना ये हम लोगों का काम है। आप लोगों को शायद पता नहीं होगा, तेजस जेट एरोप्लेन नाम सुना आप लोगों ने? वेरी नाइस। चलिए एक स्टेप तो आप आगे हो। आपको पता है कि आज तक हमेशा रशिया, अमेरिका, चाइना से ही वेपन्स जो हैं जो बेचे जाते थे, वेपन्स ले लो, जेट एरोप्लेन ले लो, बट इंडिया का तेजस एरोप्लेन जो कि इंडिया में ही कम्प्लीटली बना है, टेक्नोलॉजी इंडिया की है, उसके लिए ऑर्डर दिया है डेवलप्ड मुल्कों ने, जितने भी कंट्रीज हैं लाइक फ्रांस हो गया, यूएई हो गया और अमेरिका इवन हमसे ऑर्डर कर रहा है तेजस जेट एरोप्लेन के लिए। है ना अचीवमेंट? तो क्लैपिंग हो जाए। आईटी सेक्टर में हमारा देश बहुत आगे है। अगर आप लोगों को पता हो, जितने सोशल मीडिया अकाउंट्स हैं, ट्विटर है, आप लोग जानते हो बहुत सारी चीज़ें, फेसबुक है, सबको पता है आपको सीईओ जो हैं उनके हमारे इंडियन हैं और बाकी कंट्रीज कंपेयर करते हैं कि देखो इंडिया ऐसे आगे बढ़ रहा है कि हम कभी उनसे कंपटीशन करते थे, एक ऐसा लेवल आएगा कंपटीशन की बात भूल जाएंगे हम, इतना आगे निकल जाएंगे। मैंने ऑलरेडी आपको बताया फिफ्थ इकोनॉमी बनने जा रहे हैं हम वर्ल्ड की। सो अगर हम इतना आगे बढ़ रहे हैं तो ये उन बच्चों, उन यूथ की वजह से है जो यहाँ पर मेहनत कर रहे हैं। सो आपके ऊपर रिस्पॉन्सिबिलिटी है। जितना भी ये बात कही जाती है कि नशे हैं यहाँ पर बुरा काम होते हैं, अगर हम लोग अच्छे काम करेंगे तो देश को आगे ले जाने से कोई नहीं रोक सकता। इसके अलावा एक चीज़ और है, रक्षाबंधन है कल। रक्षाबंधन ये ज़रूरी नहीं होता कि बहनें भाई को ही राखी बांधेंगी, छोटी बहन बड़ी बहन को भी राखी बांध सकती है, क्योंकि ये एक ऐसा धागा है जो सुरक्षा के साथ बंधा हुआ है, प्रोटेक्शन के साथ बंधा हुआ है। सो आई होप कि कल सारे इंजॉय करेंगे, कल रक्षाबंधन की छुट्टी रहेगी। क्लैपिंग होनी चाहिए भाई। फिर से एक बार आप सबको बहुत बहुत मुबारकबाद। बहुत अच्छे से आज प्रोग्राम कोऑर्डिनेट किया गया, सारे एक्टिविटी प्लानर्स, हाउस के जितने भी टीचर्स हैं, हाउस इंचार्जिंग उनके को टीचर्स और साथ में हमारे स्टूडेंट, सबको फिर से बहुत बहुत बधाई इतना बढ़िया अरेंजमेंट करने के लिए। थैंक्स एंड हैव अ नाइस डे। है तो धूप में थोड़ी सी परेशानी, लेकिन ये छोटे बच्चे तैयार होके आए हैं। सो एक कह लो कि जिसको कहते हैं ना वाइल्ड कार्ड एंट्री, तो वो दे रहे हैं हम इनको। आज इनकी भी परफॉर्मेंस देखेंगे। Yeah.
Thank you.